ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਪ੍ਰੋਗਰਾਮ ਕੈਨੇਡਾ 5.5 ਨਾਲ ਤੜਾ ਤੜ ਫਾਈਲਾਂ ਲਾਉਣ ਦੀਆਂ ਤਿਆਰੀਆਂ ਆਫਰ ਲੈਟਰਸ ਪੂਰੇ ਕੈਨੇਡਾ ਚ ਆਫਰ ਲੈਟਰਾਂ ਦੀ ਡਿਮਾਂਡ ਹੀ ਡਿਮਾਂਡ ਹੈ ਇੰਡੀਆ ਦੇ ਵਿੱਚੋਂ ਸਟੂਡੈਂਟਸ 6 ਓਵਰਾਲ 5.5 ਪੀਟੀ ਲਗਾਤਾਰ ਆਫਰ ਲੈਟਰਸ ਡਿਮਾਂਡ ਕਰ ਰਹੇ ਨੇ ਹੁਣ ਇਹਦਾ ਅਸਰ ਕੀ ਹੋਏਗਾ ਕੀ ਇਹ ਮੰਨਿਆ ਜਾਵੇ ਕਿ 10 ਅਗਸਤ ਤੋਂ ਬਾਅਦ ਆਸਟ੍ਰੇਲੀਆ ਔਰ ਯੂਕੇ ਲਈ ਫਾਈਲਾਂ ਕਟਣ ਗਈਆਂ ਕੀ ਉਹ ਸਾਰੇ ਵਿਦਿਆਰਥੀ ਜਿਹੜੇ ਪਹਿਲਾਂ ਐਲੀਜੀਬਲ ਨਹੀਂ ਸੀ ਕੈਨੇਡਾ ਉਹ ਯੂਕੇ ਔਰ ਆਸਟ੍ਰੇਲੀਆ ਵੱਲ ਰੁਖ ਕਰ ਰਹੇ ਸੀ ਜਦੋਂ ਵਾਪਸ ਕੈਨੇਡਾ ਦਾ ਰੁਖ ਕਰਨਗੇ ਕੀ ਆਸਟ੍ਰੇਲੀਆ ਔਰ ਯੂਕੇ ਰੁਝਾਨ ਘਟੇਗਾ ਅਗਰ ਆਸਟ੍ਰੇਲੀਆ ਔਰ ਯੂਕੇ ਦਾ ਰੁਝਾਨ ਘਟੇਗਾ ਤੇ ਫਿਰ ਫਾਇਦਾ ਕਿਸ ਦਾ ਹੋਏਗਾ ਕੀ ਆਸਟ੍ਰੇਲੀਆ ਔਰ ਯੂਕੇ ਦਾ ਸਕਸੈਸ ਰੇਟ ਹੋਰ ਵਧੇਗਾ ਰਿਜ਼ਲਟ ਉੱਥੇ ਵੀ ਜਲਦੀ ਆਇਆ ਕਰੇਗਾ ਤੇ ਕੈਨੇਡਾ ਚ ਇੰਨੀ ਜ਼ਿਆਦਾ ਫਾਈਲਾਂ ਲੱਗਣ ਤੋਂ ਬਾਅਦ ਕਿ ਤਿੰਨੇ ਮੁਲਕ ਕੈਨੇਡਾ ਆਸਟ੍ਰੇਲੀਆ ਔਰ ਯੂਕੇ ਕਿ ਮੈਰਿਟ ਦੇ ਉੱਤੇ ਡਿਸੀਜਨ ਕਰਨਗੇ ਆਉਣ ਵਾਲੇ ਸਮੇਂ 'ਚ ਸਾਰੇ ਉਹ ਸਵਾਲ ਨੇ ਜਿਨ੍ਹਾਂ ਦਾ ਜਵਾਬ ਹਰ ਕੋਈ ਚਾਹੁੰਦਾ ਸੋ ਤੀਰਤ ਸਿੰਘ ਪਨਾਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰਸ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਦਸ਼ਾ ਮੰਨੇ ਜਾਂਦੇ ਨੇ Canacol Education and Immigration Consulting Private Limited ਦੇ ਡਾਇਰੈਕਟਰ ਨੇ ਸੋ تیر ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ تیر ਜੀ ਹੁਣ ਬਣੂ ਕੀ ਕੈਨੇਡਾ ਤਾਂ 5.5 ਨਾਲ ਟੜਾ ਤੜ ਫਾਈਲਾਂ ਆਫਰ ਲੈਟਰ ਆਫਰ ਲੈਟਰ ਹਰ ਪਾਸੇ ਹੀ ਡਿਮਾਂਡ ਹੋ ਰਹੀ ਹੈ ਜਿਵੇਂ ਮੰਡੀ ਚ ਫਰੂਟ ਵਿਕਦੇ ਆ ਪਰ ਹੁਣ ਇਹਦਾ ਅਸਰ ਕੀ ਪਊਗਾ ਆਸਟ੍ਰੇਲੀਆ ਔਰ ਯੂਕੇ ਦਾ ਕੀ ਬਣੂਗਾ ਉਹਨਾਂ ਦਾ ਰੁਝਾਨ ਘਟ ਜਾਏਗਾ ਜਾਂ ਸਕਸੈਸ ਰੇਟ ਵੱਧ ਜਾਏਗਾ ਤੇ ਬਿਲਕੁਲ ਸਰ ਆ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਲਾ ਸਵਾਲ ਸੀ ਉਹਦਾ ਮੈਂ ਜਵਾਬ ਦੇ ਡੈਫੀਨਿਟਲੀ ਮੈਰਿਟ ਬਿਹਾਫ ਤੇ ਹੀ ਵੀਜ਼ਾ ਆਉਣੇ ਕੋਈ ਵੀ ਕੰਟਰੀ ਹੋਵੇ ਬਟ ਯੈਸ ਇਹਦੇ ਵਿੱਚ ਜਿਹੜਾ ਤਾਂ ਜੈਨੂਇਨ ਸਟੂਡੈਂਟ ਹੈਗਾ ਨਾ ਜੈਨੂਇਨ ਸਟੂਡੈਂਟ ਮਤਲਬ ਮੈਂ ਇੱਥੇ ਵੀ ਡਿਫਾਈਨ ਕਰਨਾ ਚਾਹੁੰਗਾ ਜਿਹਦੀ ਪ੍ਰੋਫਾਈਲ ਦੇ ਕਿਸੇ ਤਰ੍ਹਾਂ ਦਾ ਫੇਕ ਡਾਕੂਮੈਂਟ ਨਹੀਂ ਲੱਗਾ ਫੇਕ ਇਨਫੋਰਮੇਸ਼ਨ ਨਹੀਂ ਲੱਗੀ ਤੇ ਜਿਹਨੇ ਕੋਰਸ ਨੂੰ ਤਵੱਜੂ ਦਿੱਤੀ ਹੋਈ ਆ ਕਿ ਹਾਂ ਵੀ ਮੈਂ ਕੀ ਪੜਨਾ ਚੱਲਾਂ ਸਰ ਉਹਨੂੰ ਫਾਇਦਾ ਹੋਣਾ ਹੀ ਹੋਣਾ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਯੂਕੇ ਤੇ ਇਹਦਾ ਓਵਰਆਲ ਫਾਇਦਾ ਸਰ ਅੱਜ ਮੈਂ ਉਹ ਗੱਲ ਕਰਨ ਲੱਗਾ ਸ਼ਾਇਦ ਕੈਨੇਡਾ ਵਾਲੇ ਬੱਚ ਸਟੂਡੈਂਟਸ ਨੂੰ ਤੁਹਾੜੀ ਉਲਟਾ ਗੱਲ ਕਹੂੰਗਾ ਇਹਦਾ ਫਾਇਦਾ ਆਸਟ੍ਰੇਲੀਆ ਵਾਲੇ ਸਟੂਡੈਂਟਸ ਯੂਕੇ ਵਾਲੇ ਸਟੂਡੈਂਟਸ ਨੂੰ ਵੱਧੂ ਵੱਡੇ ਲੈਵਲ ਤੇ ਹੋਣਾ ਕਿ ਜਿਹੜਾ ਕਿ ਪਿਛਲੇ ਹੁਣ ਵੀ ਇਹ ਸਾਡੇ ਕੋਲ ਵੀ ਬੱਚੇ ਸਰ ਅੱਜ ਮੈਂ ਇੱਥੇ ਐਡਮਿਟ ਕਰਦਾ ਇਸ ਮੰਚ ਤੇ ਵੱਡੇ ਤੇ ਕਿ 2022 ਜਦ ਕਿ ਬਹੁਤ ਸਾਰੇ ਯੂਨੀਵਰਸਿਟੀਜ਼ ਨਾਲ ਡਾਇਰੈਕਟ ਕੰਮ ਕਰਦੇ ਸਾਰਾ ਕੁਝ ਬਹੁਤ ਵਧੀਆ ਪਰ ਗੱਲ ਇਹ ਕਿ ਹਵਾ ਹੀ ਇਦਾਂ ਦੀ ਚੱਲੀ ਪੰਜਾਬ ਹਰਿਆਣਾ ਦਾ ਬੱਚਾ ਜਦੋਂ ਐਪਲੀਕੇਸ਼ਨਸ ਵਧੀਆਂ ਕਿਉਂਕਿ ਉਹ ਹੀ ਜਿਹੜਾ ਭੇਡ ਚਾਲ ਤੁਸੀਂ ਵੜ ਕੇ ਜਦੋਂ ਇੱਕ ਵਾਰੀ ਹੁੰਦਾ ਕਿ ਇਧਰੋਂ ਵੀਜ਼ਾ ਨਹੀਂ ਆ ਚੱਲ ਐਨ ਉਹ ਜਾ ਕੋਈ ਮਸ਼ਹੂਰੀ ਦੇਖੀ ਚੱਲ ਐਨ ਉਹ ਜਾ ਸੋ ਮੀਨਸ ਕਿ ਆਪਾਂ ਇੱਕ ਸਭ ਤੋਂ ਵੱਡਿਕਲ ਦਾ ਸਬਰ ਨਹੀਂ ਰੱਖਦੇ ਆਪਾਂ ਇੱਕ ਚੀਜ਼ ਆਪ ਐਨਾਲਿਸਿਸ ਨਹੀਂ ਰੱਖਦੇ ਤੇ ਆਪਣੇ ਤੇ ਯਕੀਨ ਨਹੀਂ ਰੱਖਦੇ ਇਹ ਜਿਹੜੀ ਚੀਜ਼ ਹੁੰਦੀ ਹੈ ਕਿ ਜਿਹੜੀ ਸਭ ਤੋਂ ਵੱਡੀ ਚੱਲ ਕੇ ਭੇਡ ਚਾਲ ਕੋਈ ਮਸ਼ਹੂਰੀ ਦੇਖੀ ਉਹ ਚੀਜ਼ਾਂ ਤੁਰ ਪੇ ਜੋ ਕਿ ਹੁਣ ਕੈਨੇਡਾ ਇਹ ਦੁਕਾਨਦਾਰੀ ਹੈ ਮੇਰਾ ਕਾਰੋਬਾਰ ਹੈ ਮੈਂ ਤਾਂ ਕਹਿੰਦਾ ਬਾਤ ਉਹ ਬੱਚੇ ਮੇਰੇ ਕੋਲ ਵੀ ਆਣ ਮੈਂ ਵੀ ਫਾਇਦਾ ਲਾਵਾਂ ਤੇ ਬਟ ਅਸੀਂ ਉਹ ਉਹਨਾਂ ਕੰਸਲਟੈਂਟ ਦੇ ਵਿੱਚੋਂ ਜਿਹੜੀ ਕਿ ਹਰ ਕੰਟਰੀ ਨੂੰ ਅਨਟਰੇਨ ਕਰਦੇ ਆਪਣੇ ਮਤਲਬ ਨਾਲ ਬੱਚੇ ਦੀ ਕਿਸਮ ਦਾ ਡਿਸਾਈਨ ਨਹੀਂ ਕਰਦੇ ਕਿ ਹਾਂ ਵੀ ਮੈਨੂੰ ਚਾਰ ਪੈਰੇ ਵਾਦ ਬੱਚੇ ਬੜਾ ਤੂੰ ਇੱਥੇ ਨਹੀਂ ਜਾ ਤੂੰ ਇੱਥੇ ਆ ਅਸੀਂ ਤਾਂ ਸਭ ਨੂੰ ਪਤਾ ਕੀ ਇਸ ਜੇ ਪੈਸੇ ਕਮਾਉਣੇ ਉਹਨਾਂ ਕਰ ਲੋ ਪੇ ਆਫਟਰ ਵੀਜ਼ਾ ਯੂਕੇ ਵਾਲੇ ਪਾਸੇ ਉਹਨੂੰ ਤੋਰ ਪੋ ਜਾ ਉਧਰ ਤੋਰ ਬ ਹੋਰ ਬਹੁਤ ਕੁਛ ਆ ਸੋ ਉਤੇ ਮੈਂ ਡਿਸਕਸ਼ਨ ਨਹੀਂ ਕਰੂੰਗਾ ਸੀ ਹਮੇਸ਼ਾ ਹਰ ਬੱਚ ਦੀ ਬੱਚੇ ਦੀ ਪਸੰਦ ਨਾ ਕਰੇ ਸਪੈਸ਼ਲੀ ਕੈਨੇਡਾ ਦੇ ਨਾਲ ਤੇ ਯਸ ਅੱਜ ਉਹ ਸਮਾਂ ਜਰੂਰ ਹੈਗਾ ਖਾਸ ਤੌਰ ਤੇ ਜਿਹੜੇ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਆਸਟ੍ਰੇਲੀਆ ਨੂੰ ਲੱਗੇ ਰਹਿਣਗੇ ਸਰ ਗੈਰੰਟੀਡ ਆ ਉਹ ਬੱਚਿਆਂ ਨੂੰ ਬਾਦੂ ਫਾਇਦਾ ਹੋਏਗਾ ਤੇ ਹਾਂ ਕੈਨੇਡਾ ਦੇ ਵਿੱਚ ਵੀ ਮੈਰਿਟ ਦੇ ਬਿਹਾਫ ਤੇ ਵੀਜ਼ਾ ਸੋਣੇ ਆ SDS ਕੈਟਾਗਰੀ ਦੇ ਅੰਡਰ ਫਾਈਲ ਲੌਂਚ ਕਰਨ ਦੇ ਕੱਲਾ ਵੀਜ਼ਾ ਨਹੀਂ ਆਉਣਾ ਤੇ ਇੱਕ ਸਭ ਤੋਂ ਵੱਡੀ ਮੈਂ ਤਾਂ ਕਹੂੰਗਾ ਕਿ ਜਿਹੜੇ ਸਾਡੇ ਪੰਜਾਬੀਆਂ ਨੇ ਵੀਜ਼ਾ ਨੂੰ ਇੰਨੀ ਜ਼ਿਆਦਾ ਵੱਡੀ ਤਵੱਜੋ ਦਿੱਤੀ ਹੋਈ ਹੈ ਨਾ ਮਸ਼ਹੂਰੀਆਂ ਦੇ ਵਿੱਚ ਹੀ ਸ਼ਰਤੀਆ ਵੀਜ਼ਾ ਇੱਕ ਵੀਜ਼ਾ ਆਪਾਂ ਦੇਖ ਲੈਂਦੇ ਆ ਅੱਜ ਵੀ ਮੇਰੇ ਨਾਲ ਕਲਾਇੰਟ ਸਵੇਰੇ ਹੋ ਗਿਆ ਜੀ ਦੇਖੋ ਜੀ ਉਹ ਉਹ ਬੰਦੇ ਨੇ ਫਾਈਲ ਉੱਥੋਂ ਲਾਈ ਸੀ ਜੀ ਮੇਰੀ ਫਾਈਲ ਕਿਉਂ ਨਹੀਂ ਤੁਸੀਂ ਫੜ ਰਹੇ ਸਰ ਦੋ ਚੋ 5.5 ਨੂੰ ਅੱਜ ਵੀ ਐਂਟਰਟੇਨ ਨਹੀਂ ਕਰ ਰਹੇ ਇੱਕ ਜੋ 5.5 ਵਾਲੀਆਂ ਬੱਚੀਆਂ ਤੇ ਮੈਂ ਜਰੂਰ ਇਹਦੇ ਫਾਈਲਾਂ ਫੜਾ ਦੋ ਜੋ 5.5 ਨੂੰ ਮੈਂ ਠੋਕ ਕੇ ਕਹਿ ਰਿਆਂ ਬੜਾ ਜੇ ਫਾਈਲ ਦੇ ਕੇ ਗਈ ਨਾ ਇੱਕ ਵਾਰੀ ਪੀਟੀ ਦਾ ਜਾਂ ਅਸੀਂ ਦੁਬਾਰਾ ਇੰਪਰੂਵ ਕਰਕੇ ਫਿਰ ਸਾਡੇ ਕੋਲ ਆ ਕਿਉਂਕਿ ਅਸੀਂ ਵੀਜ਼ਾ ਲਈਏ ਕਿਉਂਕਿ ਮੈਂ ਸਾਡਾ ਵੀ ਤਜਰਬਾ ਵੀਜ਼ਾ ਹੀ ਸਰਦਾਰੀ ਵੀਜ਼ਾ ਹੀ ਸਭ ਕੁਝ ਕੰਮ ਆ ਰਿਫਿਊਜ਼ਲ ਲੱਗ ਗਈ ਬੜਾ ਕੀ ਸਾਨੂੰ ਬਚਿਆ ਜਾਂ ਕੀ ਬੱਚੇ ਨੇ ਖੱਟ ਲਿਆ ਤੇ ਦੋਨੋਂ ਤਰ੍ਹਾਂ ਦਾ ਨੁਕਸਾਨ ਹੈਗਾ ਵਾ ਤੇ ਮੈਂ ਇਸੇ ਲਈ ਤੁਹਾਨੂੰ ਕਹਿੰਦਾ ਕਿ ਬੱਚੇ ਨੂੰ ਵੀ ਇੰਪਰੂਵ ਕਰਨ ਨੂੰ ਕਹਿ ਰਿਹਾ ਤੇ ਇਸੇ ਲਈ ਜਿਹੜਾ ਜਿਹੜਾ ਫਾਇਦਾ ਵਾ ਮੈਰਿਡ ਬਿਹਾਫ ਤੇ ਜਿਹੜੇ ਕਿ ਵੀਜ਼ਾਸ ਆਉਣੇ ਆ ਜਿੰਨੀ ਤੁਸੀਂ ਆਪਣੀ ਪ੍ਰੋਫਾਈਲ ਨੂੰ ਸਟਰੋਂਗ ਕਰ ਲੋਗੇ ਉਹਦਾ ਫਾਇਦਾ ਐਂਡ ਆਫ ਜਿਹੜੇ ਤੁਹਾਨੂੰ ਨਹੀਂ ਹੋਣਾ ਕਿਸੇ ਨੂੰ ਨਹੀਂ ਹੋਣਾ ਕੱਲਾ ਐਸਡੀਐਸ ਦੇ ਨਾਮ ਨੂੰ ਵੀਜ਼ਾ ਲੱਗਦਾ ਹੋਵੇ ਨਾ ਤੇ ਬੱਚਾ ਮੈਂ ਤਾਂ ਕਹਿੰਦਾ ਘਰ ਹੀ ਅਪਲਾਈ ਕਰੇ ਘਰ ਹੀ ਸਭ ਕੁਝ ਕਰ ਸਕਦਾ ਜਦਕਿ ਬੱਚੇ ਦਾ ਹੱਕਿਆ ਕਰ ਵੀ ਸਕਦਾ ਤੇ ਉਹਨੂੰ ਲੋਡ ਨਾ ਪਵੇ ਬਟ ਸਰ ਸਾਡੀ ਮੈਂ ਤਾਂ ਕੰਗਾ ਸਲਾਹ ਲੈਣ ਦੀ ਨਹੀਂ ਐ ਸ਼ੋਅ ਦੇਖਣ ਦੀ ਲੋੜ ਪਵੇ ਉਹਨੂੰ ਵੀ ਪਤਾ ਵਾ ਕਿ ਰਸ਼ ਹੈਗਾ ਚੈਲੰਜ ਹੈਗਾ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਦੀ ਤਾਂ ਸਟੂਡੈਂਟ ਨੂੰ ਸਾਡੀ ਲੋੜ ਪੈਂਦੀ ਹੈ ਸਾਡੇ ਵਰਗੇ ਸਲਾਹਕਾਰਾਂ ਦੀ ਕਿ ਹਾਂ ਵੀ ਕਿਤੇ ਨਾ ਕਿਤੇ ਗਲਤੀ ਨਾ ਹੋ ਜਾਏ ਸੋ ਉਹੀ ਸਾਡਾ ਕੰਮ ਹੈ ਤੇ ਇਸ ਲਈ ਮੈਂ ਕਹੂੰਗਾ ਕਿ ਸਟੂਡੈਂਟ ਨੂੰ ਕਿ ਬਹੁਤ ਸਾਰੀਆਂ ਵੀਡੀਓ ਚ ਅਸੀਂ ਵੀ ਬੱਚਿਆਂ ਨੂੰ ਰਾਹ ਪਾਉਂਦੀ ਪੂਰੀ ਟਰਾਈ ਕਰ ਰਹੇ ਤੇ ਬਹੁਤ ਸਾਰੇ ਬੱਚਿਆਂ ਨੂੰ ਸ਼ਾਇਦ ਅਸੀਂ ਚੰਗੇ ਵੀ ਨਾ ਲੱਗਦੇ ਹੋਵੇ ਕਿਉਂਕਿ ਸਟੂਡੈਂਟ ਉਹ ਚੀਜ਼ ਸੁਣਨਾ ਹੀ ਨਹੀਂ ਚਾਹੁੰਦਾ ਕਿ ਜੋ ਸਟੂਡੈਂਟ ਕੀ ਸੁਣਨਾ ਚਾਹੁੰਦਾ ਵੀਜ਼ਾ ਆਇਆ ਜੀ ਬਿਲਕੁਲ ਸ਼ਰਤਾਂ ਠਾ ਕਰਕੇ ਟੈਂਸ਼ਨ ਨਹੀਂ ਐ ਐਸਡੀਐਟ ਫਾਈਲ ਆ ਜੀ ਪਰ ਅਸੀਂ ਕਹਿੰਦੇ ਵੀਜ਼ਾ ਆਉਣਾ ਪ੍ਰੋਫਾਈਲ ਨੂੰ ਜਿਹੜਾ ਤੁਸੀਂ ਵਰਡ ਵੀ ਕਿਹਾ ਸੀ ਮੈਰਿਟ ਦੇ ਬੇਸਿਸ ਤੇ ਪ੍ਰੋਫਾਈਲ ਤੇ ਤਾਂ ਵੀਜ਼ਾ ਆਉਣਾ ਨਾ ਤੇ ਨਹੀਂ ਆਉਣਾ ਸੋ ਮੇਰੀ ਅਜ ਇੱਕ ਸਲਾਹ ਵੀ ਹੈਗੀ ਆ ਜੇ ਮੈਂ ਆਸਟ੍ਰੇਲੀਆ ਨੂੰ ਮੂਹ ਰੱਖਿਆ ਹੋਇਆ ਆਸਟ੍ਰੇਲੀਆ ਨੂੰ ਰੁੱਕ ਰੱਖਿਆ ਆਸਟ੍ਰੇਲੀਆ ਮੇਰੀ ਚੋਇਸ ਆ ਨਾ ਤੇ ਮੈਂ ਹੁਣ ਲੱਗਾ ਰਵਾਂ ਫਾਇਦਾ ਹੋਏਗਾ ਬੱਚਿਆਂ ਨੂੰ ਬਿਲਕੁਲ ਉਹ ਸਿਰਫ ਕੈਨੇਡਾ ਦੀ ਐਸਡੀਐਸਡੀ ਇਹ ਸਕੀਮ ਕਰਕੇ ਆਪਾਂ ਨੁਕਸਾਨ ਨਾ ਮੈਂ ਆਪਣਾ ਕਿਤੇ ਖਰਾਬ ਐ ਜਾਵਾਂ ਤੇ ਹਾਂ ਜਿਹਨੇ ਕੈਨੇਡਾ ਜਾਣਾ ਉਹ ਕੈਨੇਡਾ ਹੀ ਲੱਗਾ ਰਵੇ ਦੇਅ ਸੇਵਾ ਤੁਹਾਡਾ ਨੰਬਰ ਜਰੂਰ ਹੈ ਨਾ ਉਹ ਕਦੇ ਆਪਣੇ ਵੀਜ਼ੇ ਲਈ ਤੇ ਵਜਨ ਨਾ ਹੋਵੇ ਬਹੁਤ سارے ਬੱਚੇ ਨੇ ਸਾਰਾ ਯੂ ਟਰਨ ਲੈਂਦੇ ਨੇ ਕਦੀ ਆਸਟ੍ਰੇਲੀਆ ਕਦੀ ਯੂਕੇ ਅੱਜ ਤੱਕ ਵੀ ਹਰੀ ਇੰਡੀਆ ਹੀ ਬੈਠੇ ਆ ਆਪਣਾ ਨੁਕਸਾਨ ਵੱਧੂ ਕਰਾ ਬੈਠੇ ਆ ਤੇ ਉਹ ਸਾਰੇ ਬੱਚੇ ਤੁਹਾਨੂੰ ਵੀ ਪਤਾ ਸਰ ਸਾਰਾ ਪਿੱਛੇ ਦੇ 10 ਰਫੀਜ਼ਲ ਬਾਅਦ ਵੀ ਵੀਜ਼ਾ ਲੈ ਲਿਆ ਕੈਨੇਡਾ ਦਾ ਮਤਲਬ ਕਿ ਅੱਠ ਦਾ ਰਿਕਾਰਡ ਵੀ ਤੋੜ ਚੁੱਕੇ ਆ ਅਸੀਂ ਤੇ ਉਹ 10 ਰਿਫਿਊਜ਼ਲ ਦਵਾਏ ਸਟੂਡੈਂਟ ਦਾ ਵੀਜ਼ਾ ਜਿਹੜਾ ਆਇਆ ਤੇ ਉਹਦੀ ਪੋਸਟ ਇੱਕ ਦੇ ਦੇ ਵਿੱਚ ਜਰੂਰ ਅਸੀਂ ਸ਼ੇਅਰ ਕਰਦਾ ਕਿ ਉਹ ਸਟੂਡੈਂਟ ਡਰੇ ਹੀ ਬਹੁਤ ਆ ਕਹਿੰਦਾ ਸਰ ਮੈਨੂੰ ਫਲਾਈਟ ਲੈ ਲੰਦੋ ਫਿਰ ਮੇਰੀ ਪੋਸਟ ਸਾਂਝੀ ਕਰਿਓ ਸੋ ਮੀਨਸ ਕਿ 8 ਰਿਫਿਊਜ਼ਲ 10 ਰਿਫਿਊਜ਼ਲ ਵੀ ਹੁਣ ਮੈਂ ਕਹਿ ਸਕਦਾ ਕਿ ਬੱਚਾ ਵੀਜ਼ਾ ਲੈ ਗਿਆ ਕੈਨੇਡਾ ਦਾ 7 6 5 ਦਾ ਨੰਬਰ ਹੀ ਬਹੁਤ ਆ ਸੋ ਕਾਊਂਟਲੈਸ ਨੰਬਰ ਆ ਕਿ ਮੈਂ ਜਿ ਗਿਣਨੇ ਹੋ ਤੇ ਮੈਨੂੰ ਸ਼ਾਇਦ ਗਿਣੇ ਵੀ ਨਾ ਜਾਣ ਕਿੰਨੀਆਂ ਨੇ ਰਫਿਜ਼ ਵਾਲੇ ਬੱਚੇ ਆ ਸੋ ਇਸੇ ਲਈ ਮੇਰੀ ਦਾ ਇਹ ਸਲਾਹ ਆ ਕਿਸੇ ਦੇ ਕਹਿ ਤੇ ਮਸ਼ਹੂਰੀ ਦੇ ਕੇ ਜਾਂ ਕਹਿ ਕੇ ਬਸ ਹੁਣ ਵੀਜ਼ੇ ਆ ਜਾਣੇ ਇਹਨੇ ਦਰੋਂਣੇ ਸ਼ੁਰੂ ਹੋਏ ਨੇ ਆਪਾਂ ਆਪਣਾ ਸੁਪਨੇ ਨਾਲ ਕੰਪਰੋਮਾਈਜ਼ ਨਾ ਕਰੀਏ ਤੇ ਹਾਂ ਜਿਹੜੀ ਕੰਟਰੀ ਮੈਂ ਅਪਲਾਈ ਕਰਨਾ ਉਹਦੇ ਮੈਰਿਟ ਉਹਨੂੰ ਚਾਹੀਦਾ ਕੀ ਕੀ ਆ ਉਹਨਾਂ ਚੀਜ਼ਾਂ ਦੇ ਵਰਕਆਊਟ ਕਰਦਾ ਰਹਾ ਤੇ ਆਪਾਂ ਵੀਜ਼ੇ ਵੱਲੋਂ ਜਰੂਰ ਜਾਈਏ ਸਰ ਬਿਲਕੁਲ ਠੀਕ ਹੈ ਸੋ ਆਸਟ੍ਰੇਲੀਆ অর ਯੂਕੇ ਵਾਲੇ ਹੁਣ ਕਿਹੜੀ ਗੱਲ ਤੇ ਫੋਕਸ ਕਰਨ ਸਰ ਆਸਟ੍ਰੇਲੀਆ ਵਾਲੇ ਯੂਕੇ ਨੇ ਸਭ ਤੋਂ ਪਹਿਲੀ ਗੱਲ ਤੇ ਫੋਕਸ ਰਹਿਣ ਸਟਿਕ ਰਹਿਣ ਮੈਂ ਤਾਂ ਕਹਿੰਦਾ ਲਾਲਚ ਨਾਲ ਕਿ ਕੈਨੇਡਾ ਲੱਗਾ ਵੀਜ਼ੇ ਦੇ ਨਾ ਭੈਣ ਨੂੰ ਹੋ ਜਾਈਏ ਇਹ ਨਾ ਹੋਵੇ ਇੱਧਰ ਵੀ ਆਪਾਂ ਫਸੀਏ ਤੇ ਉੱਧਰ ਵੀ ਆਪਣਾ ਨੁਕਸਾਨ ਕਰਾ ਬੈਜੀਏ ਤੋ ਖਾਸ ਤੌਰ ਤੇ ਇਹ ਚੀਜ਼ ਆ ਸ਼ਾਇਦ ਮੇਰੀ ਦੁਕਾਨਦਾਰੀ ਦੇ ਅਗੇਂਸਟ ਆ ਬਟ ਫਿਰ ਵੀ ਮੈਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਬੇਟਾ ਜਰੂਰ ਥੋੜਾ ਜਿਹਾ ਸਬਰ ਰੱਖਣਾ ਜੀ ਹਾਂ ਤੁਹਾਨੂੰ ਯਕੀਨ ਆ ਕਿ ਤੁਹਾਡੀ ਫਾਈਲ ਤੇ ਕੋਈ ਕੰਪਰੋਮਾਈਜ਼ ਨਹੀਂ ਹੋਇਆ ਤੇ ਕਰਨ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਜੀਟੀ ਨੂੰ ਡਿਲੇ ਹੋਇਆ ਹੋਇਆ ਸਬਰ ਰੱਖ ਲੈਣ ਤੇ ਖਾਸ ਤੌਰ ਤੇ ਤੇ ਅੱਜੇ ਕੋਈ ਕੈਨੇਡਾ ਆਸਟ੍ਰੇਲੀਆ ਦੀ ਗੱਲ 2022 ਪਾਸਵਰਡ ਬੱਚਾ ਸਰਕਾਰੀ ਯੂਨੀਵਰਸਿਟੀਆਂ 'ਚ ਮਹੀਨੇ 2-3 ਤਿੰਨ ਮਹੀਨੇ ਤੋਂ ਜੀਟੀ ਦੀ ਵੇਟ ਕਰ ਰਿਹਾ ਉਹ ਬੱਚਾ ਆ ਜਾਵੇ ਕੈਨੇਡਾ 'ਚ ਸੋ ਇਹ ਕਹਾਂਗਾ ਕਿ ਪ੍ਰੋਫਾਈਲ ਟੂ ਪ੍ਰੋਫਾਈਲ میٹر ਕਰੇਗਾ ਕਿ ਕਿਹੜਾ ਆਸਟ੍ਰੇਲੀਆ ਚ ਰੁੱਕ ਜੇ ਕਿਹੜਾ ਆਸਟ੍ਰੇਲੀਆ ਤੋਂ ਬਾਹਰ ਆ ਜੇ ਜਾਂ ਕਿਹੜਾ ਯੂਕੇ ਰੁੱਕ ਜੇ ਜਾਂ ਕਿਹੜਾ ਯੂਕੇ ਤੋਂ ਬਾਹਰ ਆ ਜਵੇ ਹਾਂ ਯੂਕੇ ਸਪਾਊਸ ਕੇਸਿਸ ਜਿਹੜਾ ਜਾਣਾ ਚਾਹੁੰਦੇ ਸੀਗੇ ਸੋ ਬੜਾ ਕੈਨੇਡਾ ਵੀ ਸਪਾਊਸ ਕੇਸਿਸ ਬੜਾ ਬੜੀਆ ਟ੍ਰੈਂਡ ਚੱਲ ਰਿਹਾ ਤੁਸੀਂ ਇੱਥੇ ਵੀ ਇਕੱਠੇ ਅਪਲਾਈ ਕਰ ਸਕਦੇ ਆ ਤੇ ਉਹ ਵੀ ਬੱਚਾ ਹੋਣ ਜੇ ਸਪਟੰਬਰ ਡੇਟ ਦੀ ਜੇ ਨਹੀਂ ਤੁਹਾਡੀ ਖੁਦ ਨਾਲ ਖਾਸਤਾ ਜੇ ਨਹੀਂ ਕਿਤੇ ਸਿਰੇ ਚੜ੍ਹਦੇ ਸਪਟੰਬਰ ਡੇਟ ਕੋਸੇ ਤੁਸੀਂ ਕੈਨੇਡਾ ਨੂੰ ਜ਼ਰੂਰ ਪ੍ਰੈਫਰ ਤਵੱਜੋ ਜਿਹੜੀ ਜ਼ਰੂਰ ਦੇ ਸਕਦੇ ਜੀ ਚ ਗੱਲ ਕਰ ਸਕਦੇ ਨੇ ਤੀਰਤ ਜੀ ਨਾਲ ਕੋਈ ਕਨਫਿਊਜ਼ਨ ਹੈ ਤੇ ਉਹਨੂੰ ਦੂਰ ਕਰੋ ਪੂਰੀ ਕਲੈਰਿਟੀ ਲਓ ਫਿਰ ਕੋਈ ਡਿਸੀਜਨ ਕਰੋ थैंक यू ਸੋ ਮਚ